अलैक क्या हाल चाँद है चांद रात मुबारक जी आज हमारी चांद रात है तो देखते हैं मैं आपको दिखाती हूँ कि हमारी चांद रात बाहर एज आ इंटरनेशनल स्टूडेंट और एज आ ओवरसीज़ पाकिस्तान कैसे गुजरती है तो बाहर आई थी ओबली क्योंकि वीकेंड है तो हमने करनी थी ग्रॉसरी यहाँ पे मैं बड़ी खुश थी क्योंकि मैं ऑलरेडी सारी ग्रॉसरी कर चुकी थी और उसके बाद थोड़ी सी मैं उदास होगी क्योंकि यह सिर्फ एक बैग है और बहुत सारे बैग में ऑलरेडी घर ड्रॉप कर रहा है तो यहाँ आके मुझे याद आ गया यार घर जा के अभी सारा कुछ जो है वो रखना भी तो है ठीक है अच्छा ग्रॉसरी करना जो है वो एक अलग हैसल है उसके बाद ग्रॉसरी संभालना भी बहुत उससे भी बड़ी हैसल है अब मैं सोच रही थी अगर इसकी जगह मैं पाकिस्तान होती तो मैं कोई दुबट्टा पीको करा रही होती मैं कोई सूट अपना स्टिच कर रही होती कोई मैं अपने कपड़े इस्त्री करवा रही होती कोई मैं पॉलर जा रही होती कोई मेकअप शेकअप कोई बालों का कुछ मतलब कुछ कर रही होती लेकिन यहाँ मैं बस सभी बैठी मतलब आई हूँ कहाँ ग्रॉसरी करके क्योंकि हैं कल की है कल संडे है <laughs> और संडे का क्योंकि ग्रॉसरी शॉप्स वगैरह बंद होंगी कुछ मिलेगा नहीं तो सैटरडे था तो मैंने कहा ईद है कोई आए भी जाता है घर में तो आज ही सारी ग्रॉसरीज कर ली ਜਾਏ ਤਾਂ बस दो नहीं सब्जियां फिर मैंने कहा आज ही की क्यों करनी है पूरे वीक की कर लो तो फिर चौथा मैं पूरे वीक की ही जो थी वो सब्जियां और ग्रॉसरीज़ ख़रीद लाई थी अच्छा ये आप लोगों को पाकिस्तान में भी पता होगा कि मतलब जो लोग लाते हैं ग्रॉसरी ग्रॉसरी ला के वहाँ पर मर्द हजरात तो चलो जी सो जाते हैं मेरे बैकहेंड को बिल्कुल इग्नोर कीजिए क्योंकि मेरा अभी बहुत सा काम होने वाला है मर्द हजरात ला के ग्रॉसरी सो जाते हैं लेकिन औरतों जिन्होंने संभालनी होती हैं उनके लिए ये एक अलग मुशक्क़त का काम होता है कि कितने के लिए शहर रखनी है कैडी नहीं उस तो बाद जो असि बाहर आए हैं आपसाई थे आप ही बधाई थे आप ही असि सारा कुछ हो गए हैं क्योंकि ਮੱਛਲੀਆਂ ਵੀ ਆਪ ਹੀ ਵਰਦੇ ਫਿਰਦੇ ਆ ਤੇ ਇੱਥੇ ਜਿਹੜਾ ਹੈਗਾ ਕੁੱਕਰ ਵੀ ਆਪ ਹੀ ਕਰਦੇ ਫਿਰਦੇ ਆ ਮੈਂ ਤਾਂ ਸੋਚ ਰਹੀ ਸੀ ਵੱਡੀ ਇਹਦੇ ਪਾਕਿਸਤਾਨ ਜਾ ਕੇ ਕਸਾਈਆਂ ਦੀ ਦਿਹਾੜੀ ਲਾਉਣ ਆ ਵਾਵਾ ਜਿਹੜਾ ਹੈਗਾ ਵੱਡਣ ਟੁਕਣ ਦਾ ਕੰਮ ਤੇ ਸਾਨੂੰ ਚ ਰਹਾ ਆ ਹੀ ਗਿਆ ਹੈਗਾ ਲੇਕਿਨ ਫੇਰ ਸੋਚਿਆ ਟਿਕਟ ਬੜੀ ਮਹਿੰਗੀ ਇੱਥੇ ਰਵੋ ਪਾਕਿਸਤਾਨ ਦੇ ਵਿੱਚ ਜੀ ਮਤਲਬ ਮੈਨੂੰ ਅੱਛੀ ਤਰ੍ਹਾਂ ਯਾਦ ਹੈ ਕਿ ਮੇਰੀ ਫੁੱਫੋ ਹੈ ਉਹ ਉਹਨਾਂ ਨੇ ਕੀ ਕਰਨਾ ਜੀ ਉਹਨਾਂ ਨੇ ਲਾ ਕੇ ਮੱਛੀ ਮਸਾਲਾ ਲਗਾ ਕੇ ਸਰਦੀ ਮੈਂ ਮਤਲਬ ਨਹਾਈ ਦਿhoi ਸਾਫ ਸੁਥਰੀ ਮਸਾਲਾ ਲਗੀ ਕਈ ਦਫਾ ਤੋਂ ਐਸਾ ਹੋਦਾ ਤਾਂ ਫਰਾਈ ਵੀ ਹੋਈ ਮੱਛਲੀ ਆਤੀ ਥੀ ਠੀਕ ਹੈ ਇੱਥੇ ਪੂਰੀ ਮੱਛੀ ਲਿਆ ਕੇ ਤੇ ਮੈਨੂੰ ਸਮਝ ਨਹੀਂ ਆਉਂਦੀ ਇਹਦਾ ਕਿਹੜਾ ਖੰਭ ਲਾਣਾ ਹੈ ਤੇ ਕਿਹੜਾ ਖੰਭ ਰਹਿਣ ਦੇਣਾ ਹੈ ਤੇ ਇਹਨੂੰ ਟੱਕ ਕਿਧਰੋਂ ਲਾਣਾ ਹੈ ਠੀਕ ਇਹ ਚਾਂਦ ਰਾਤ ਹੈ ਜੀ ਸਾਡੀ ਅਸੀਂ ਆਪਣੀ ਚਾਂਦ ਰਾਤ सेलिब्रेट ਕਰ ਰਹੇ ਹਾਂ ਖੈਰ ਮੈਂ ਆਪਣਾ ਜਿਹੜਾ ਹੈਗਾ ਹੈ ਪੂਰੀ ਕੋਸ਼ਿਸ਼ ਕੀਤੀ ਕਿ ਮੈਨੂੰ ਬਿਲਕੁਲ ਸਹੀ ਤਰ੍ਹਾਂ ਸਾਫ ਕਰਾਂ ਤੇ ਮੇਰਾ ਸੀ ਕਿ ਇਹਨੂੰ ਮੈਂ ਮਸਾਲਾ-ਛਾਲਾ ਲਾ ਕੇ ਮੈਂ ਬੇਕ ਕਰਕੇ ਰੱਖ ਲਵਾਂਗੀ ਜਾਂ ਇਹਨੂੰ ਕੁਝ ਕਰ ਲਵਾਂਗੀ ਲੇਕਿਨ ਯਾਰ ਮਤਲਬ ਇਹ ਇਤਨੀ ਉਹ ਸਲਿੱਪਰੀ ਹੁੰ ਮਹਿਰਾਨ ਲੱਗ ਗਈ ਕਿ ਮਤਲਬ ਜਿਹੜੇ ਇਹ ਮੱਛਲੀਆਂ ਮੁੱਛਲੀਆਂ ਕਰਦੇ ਇਹਨਾਂ ਦੇ ਹੱਥੋਂ ਨਿਕਲ ਨਿਕਲ ਜਾਂਦੀਆਂ ਹੁੰਦੀਆਂ ਲੇਕਿਨ ਖੈਰ ਮਰੀ ਮੱਛਲੀ ਸੀ ਫੇਰ ਵੀ ਐਸ ਕਦਰ ਸਲਿੱਪਰੀ ਸੀ ਪਤਾ ਨਹੀਂ ਕਿਉਂ ਉਹਨਾਂ ਦੀ ਸਕਿਨ ਐਸੀ ਹੁੰਦੀ ਹੈ ਜਾਂ ਪਾਣੀ ਮਤਲਬ ਸਮੁੰਦਰੀ ਐਸਾ ਹੁੰਦਾ ਮੈਨੂੰ ਨਹੀਂ ਪਤਾ ਯਾਰ ਲੇਕਿਨ ਬਹੁਤ ਸਲਿੱਪਰੀ ਹੁੰਦੀ ਹੈ ਕਦੀ ਤੁਸੀਂ ਪਾਕਿਸਤਾਨ ਜਾ ਪੂਰੀ ਮੱਛਲੀ ਆ ਕੇ ਵੱਟ ਟੋਕੇ ਬਣਾ ਕੇ ਵੇਖੋ ਫਿਰ ਤੁਹਾਨੂੰ ਪਤਾ ਲੱਗੇ ਤੇ ਮੈਂ ਇੰਜ ਕਰਦੀ ਪਈ ਸੀ ਜਿਵੇਂ ਮੈਂ ਪੂਰੀ ਸ਼ੈਫ ਹਾਂ ਤਾਂ ਮੈਂ ਬਿਲਕੁਲ ਜਿਹੜਾ ਸਹੀ ਜਿਹੜਾ ਉਹ ਕੱਟ ਛੱਟ ਟੱਕ ਸ਼ਕ ਲਾਣਾ ਤੇ ਖੈਰ ਉਹ ਫੇਰ ਵੀ ਮੇਰੇ ਕੋਲ ਥੋ ਅੱਧਾ ਘੰਟਾ ਲਾ ਕੇ ਇਹਨੂੰ ਬਣਾਉਂਦੇ ਹਾਲੀ ਮੈਂ ਮੁਰਗੀ ਬਣਾਣੀ ਸੀ ਹਾਲੀ ਮੈਂ ਮਟਨ ਬੀਫ ਸਾਰਾ ਕੁਝ ਬਣਾ ਕੇ ਪੂਰੇ ਹਫਤੇ ਦਾ ਮੈਂ ਫ੍ਰੀਜ਼ ਕਰਨਾ ਸੀ ਇਹਨੂੰ ਮੈਂ ਕੱਟ ਛੱਟ ਲਾ ਕੇ ਮੈਂ ਕਹ ਇਹਨੂੰ ਨਮਕ ਲਾ ਕੇ ਥੋੜੇ ਦੇ ਰੱਖਣੀ ਆ ਤਾਂ ਕਿ ਉਹਨੇ ਦੇਰ ਤੱਕ ਮੈਂ ਆਪਣੇ ਬਾਕੀ ਕੰਮ ਕਰ ਲਾਂ ਤੇ ਇਹਦਾ ਜਰਾ ਹੈਗਾ স্মੈਲ ਸ਼ਮੈਲ ਜਿਹੜੀ ਹੈ ਉਹ ਨਿਕਲ ਜਾਏ ਖੈਰ ਯਾਰ ਇਹਦੀ وجہ ਤੋਂ ਸਾਰਾ ਮੇਰਾ ਅਜ ਰਹੇਗਾ ਸੀ ਕਟਿੰਗ ਬੋਰਡ ਉਹ ਵੀ ਸਲਿਪਰੀ ਹੋ ਗਿਆ ਮੇਰੀਆਂ ਛੁਰੀਆਂ ਉਹ ਵੀ ਸਲਿਪਰੀ ਹੋ ਗਈਆਂ ਬਸ ਅਜੀਬ ਜਿਹਾ ਕਿ ਇਹ ਮੈਨੂੰ ਸਮਝ ਨਹੀਂ ਆਉਂਦੀ ਅਸੀਂ ਕੀ ਕਰਦੇ ਫਿਰਦੇ ਆ ਪਾਕਿਸਤਾਨ ਚ ਇੰਨੀ ਸਹੂਲਤ ਹੈ ਕਿ ਮੈਂ ਦੱਸ ਨਹੀਂ ਸਕਦੀ ਪਾਕਿਸਤਾਨ ਹੋਏ ਇੰਡੀਆਏ ਉੱਥੇ ਮਤਲਬ ਕੰਮ ਕਰਨ ਲਈ ਲੱਭ ਜਾਂਦੇ ਆ ਚੀਜ਼ਾਂ ਸਾਰੀਆਂ ਧੁੱਪੀਆਂ ਧਮਾਈਆਂ ਲੱਭ ਜਾਂਦੀਆਂ ਨੇ ਹਰ ਚੀਜ਼ ਉਸ ਤੋਂ ਬਾਅਦ ਮੈਂ ਸੋਚਿਆ ਮੱਛਲੀ ਦਾ ਧੋਖਾ ਰੱਖ ਲਈ ਹੁਣ ਕੁਛ ਖਾਣ ਤਿੰਦਾ ਵੀ ਇੰਤਜ਼ਾਮ ਕਰ ਲਈਏ ਜ਼ਾੜੀ ਗੱਲ ਹੈ ਰਾਤ ਨੂੰ ਭੁੱਖੇ ਤਾਂ ਨਹੀਂ ਸੌ ਜਾਣਾ ਤਾਂ ਮੈਂ ਜਲਦੀ ਜਲਦੀ ਮੈਂ ਕਿਹਾ ਚਲੋ ਚਿਕਨ ਲੈ ਆਉਂਦਾ ਥੋੜਾ ਜਿਹਾ ਮੈਂ ਕਬਾਬ ਬਣਾ ਕੇ ਫਰਾਈ ਕਰਕੇ ਰੱਖ ਲੈਣੀਆ ਕਿਉਂਕਿ ਆਈ ਵਾਸ ਫੀਲਿੰਗ ਲਾਈਕ ਬਿਟ ਲੋ ਮਤਲਬ ਜੀਤ ਦੇ ਦਿਨੋਂ ਮੈਂ ਹਰ ਇਨਸਾਨ ਨੂੰ ਮਤਲਬ ਹਰੀ ਓਵਰਸੀਜ਼ ਪਾਕਿਸਤਾਨੀ ਔਰ ਹਰ ਪਾਕਿਸਤਾਨੀ ਔਰ ਸਟੂਡੈਂਟ ਸਪੈਸ਼ਲੀ ਸਟੂਡੈਂਟ ਜੋ ਕਿ ਫੈਮਲੀ ਕੇ ਬਗਾਇਰ ਰਹਿੰਦੇ ਨੇ ਉਹਨਾਂ ਕੋਈ ਐਸੀ ਫੀਲਿੰਗ ਆਤੀ ਹੋਗੀ ਕਿ ਮਤਲਬ ਅਸੀਂ ਕਿੱਥੇ ਆ ਗਏ ਆ ਤਾਂ ਬਸ ਫਿਰ ਮੈਂ ਪਿਆਜ਼ ਲਸਣ ਤੇ ਅਦਰਕ ਮੈਂ ਕਹਿੰਨ ਵਾਟ ਟੁਕ ਕੇ ਮਸ਼ੀਨ ਚ ਨਹੀਂ ਗਰੈਂਟਰ ਬ੍ਰੈਂਡ ਵਾਟ ਏਵਰ ਜੋ ਵੀ ਇਹਦੇ ਚੁੱਟੋ ਤਾਂ ਕਿ ਅਸੀਂ ਥੋੜੇ ਜਿਹੇ ਜਿਹੜੇ ਆ ਉਹ ਬਣਾ ਲਈਏ ਕੀ ਕਬਾਬ ਚਿਕਨ ਕਬਾਬ ਬਣਾ ਲਈ ਕਿਉਂਕਿ ਮੈਂ ਚਿਕਨ ਬ੍ਰੈਸਟ ਲੈ ਕੇ来ਈ ਸੀ ਤੇ ਮੈਂ ਕਿਹਾ ਉਹ ਜਲਦੀ ਜਲਦੀ ਬਣ ਜਗੇ ਕਿਉਂਕਿ ਹੁਣ ਮੇਰੇ ਚ ਬਿਲਕੁਲ ਹਿੰਮਤ ਨਹੀਂ ਸੀ ਕਿ ਮੈਂ ਕੋਈ ਹਾਂਡੀ ਪਕਾਵਾਂ ਤੇ ਮੈਂ ਕਹਿੰਦੀ ਪਿਸੀ ਹਲ ਮੈਂ ਮਹਿੰਦੀ ਉਹ ਮੈਂ ਮਹਿੰਦੀ ਵੀ ਖਰੀਦ ਕੇ ਲਈ ਆਂਦੀ ਮੈਂ ਕਿਹਾ ਮੈਂ ਮਹਿੰਦੀ ਵੀ ਲਾਨੀ ਆ ਤੇ ਇਹ ਚਾਂਦ ਰਾਤ ਹੈ ਜੀ ਠੀਕ ਹੈ ਨਾ ਕੋਈ ਦੋਸਤ ਹੈ ਨਾ ਕੋਈ ਮਤਲਬ ਆਸ-ਪਾਸੇ ਨਾ ਕੋਈ ਉਹ ਨਾਲ ਆਣਾ ਕਿਦਨੋਂ ਖੀਰ ਆਣੀ ਹੈ ਨਾ ਅਸੀਂ ਕਿਸੇ ਨੂੰ ਸ਼ੇਅਰ ਖੋਰ ਮੈਂ ਭੇਜਣਾ ਹੈ ਨਾ ਕਿਦੋਂ ਕੱਪੜੇ ਆਣੇ ਆ ਨਾ ਸਾਨੂੰ ਕਿਸੇ ਨੇ ਜੁੱਤੀਆਂ ਛੁੱਤੀਆਂ ਕੁਛ ਲਿਆ ਕੁਛ ਵੀ ਨਹੀਂ ਮਤਲਬ ਕੁਛ ਵੀ ਨਹੀਂ ਬਸ ਇਹ ਥ ਆਪੀ ਕਹ ਅਰੇ ਜਰਾ ਵਧੀਆ ਜਿਹਾ ਖਾਣਾ ਬਣਾ ਕੇ ਖਾ ਲਾਂਗੇ ਨਿਹਾਰੀ ਬਣਾ ਲਾਂਗੇ ਕੋਫਤੇ ਬਣਾ ਲਾਂਗੇ ਮਤਲਬ ਬਨੂਣਾ ਵੀ ਆਪ ਹੀ ਏ ਉਹ ਫਿਰ ਬੰਦਾ ਕਹਿੰਦਾ ਯਾਰ ਛੱਡੋ ਫੇਰ ਹੋਰ ਕਿਸੇ ਦਿਨ ਜੇਸ ਦਿਨ ਤੁਸੀਂ ਬਟਰ ਫੀਲ ਕਰੋਗੇ ਉਸ ਦਿਨ ਬਣਾ ਲਾਂ ਕਬਾਬ ਦੇ ਵਿੱਚ ਮੈਂ ਅੱਧੀ ਸ਼ਿਮਲਾ ਮਿਰਚ ੁੱਟੀ ਕਿਉਂਕਿ ਇਹਦਾਂ ਕਬਾਬ ਥੋੜੇ ਬਨਦੇ ਆ ਸੌਫਟ ਇਹ ਮੈਂ ਤੁਰਕੀ ਤੋਂ ਸਿੱਖਿਆ ਸੀ ਕਿਉਂਕਿ ਖੈਰੇ ਮੈਂ ਗ੍ਰੀਨ ਪਾਈ ਔਰ ਰੈੱਡ ਜਿਹੜਾ ਉਹਨਾਂ ਦੀ ਲੰਮੇ ਵਾਲੀ ਉਹਨੂੰ ਮੈਨੂੰ ਤਾਂ ਨਹੀਂ ਪਤਾ ਕੀ ਆਉਂਦਾ ਸੀ ਕਿਰਮਜ਼ੀ ਬੀਬਰ ਉਹਨੂੰ ਕਹਿੰਦੇ ਸੀ ਉਹਦੇ ਚ ਕੀ ਮਤਲਬ ਕਿਰਮਜ਼ੀ ਉਥੇ ਰੈੱਡ ਨੂੰ ਕਹਿੰਦੇ ਆ ਵਿੱਚ ਹੁਣ ਅਸੀਂ ਸੁੱਟਾਂਗੇ ਸਾਬਤ ਮਸਾਲੇ ਕਰਾਂਗੇ ਫਰਾਈ ਤੇ ਸਾਡੇ ਰਾਤ ਆਸਤੇ ਜਿਹੜਾ ਹੈਗਾ ਇਹਨੂੰ ਰੋਟੀ ਦੇ ਵਿੱਚ ਲਾਵਾਂਗੇ ਤੇ ਸਾਡਾ ਕਬਾਬ ਪਰਾਠਾ ਤਿਆਰ ਕਬਾਬ ਰੋਟੀ ਤਿਆਰ ਕਬਾਬ ਢੋਲ ਤਿਆਰ ਈਜ਼ੀ ਈਜ਼ੀ ਇਟਸ ਨਾਟ ਈਜ਼ੀ ਮੈਨੂੰ ਲੱਗਦਾ ਹੈ ਕਿ ਮਤਲਬ ਬੰਦਾ ਗਰੋਸਰੀ ਕਰਨ ਵੀ ਜਾਂਦਾ ਹੈ ਉਹ ਇੰਨਾ ਹੈਕਟਿਕ ਹੁੰਦਾ ਹੈ ਪਾਕਿਸਤਾਨ ਚ ਸਹੂਲਤ ਇੰਨੀ ਅੱਛੇ ਤਰੀਕੇ ਨਾਲ ਮੌਜੂਦ ਹੈ ਕਿ ਭੈਣ ਪੱਕੇ ਤੁਹਾਡਾ ਟਮਾਟਰ ਮੁੱਕੇ ਆ ਭਰਾ ਜਾ ਕੇ ਲਿਆ ਦੇਗਾ ਚਮਚ ਲੱਭਨ ਦੀ ਕੋਸ਼ਿਸ਼ ਕਰਨੀ ਸੌਵੀਂ ਨਹੀਂ ਲੱਭਿਆ ਮੈਂ ਉਂਜੀ ਮੈਂ ਸ਼ੁਕਰ ਕਰੋ ਮੈਨੂੰ ਇੰਨਾ ਗੁੱਸਾ ਚੜਿਆ ਇਸ ਵਿੱਚ ਪੂਰੀ ਨਹੀਂ ਲੋਤੀ ਮੈਂ ਕਿ ਨਹੀਂ ਯਾਰ ਖਾਣਾ ਤੇ ਆਪੇ ਤੇ ਹੱਥ 'ਚ ਜਿਹੜੇ ਸਾਬਤ ਮਸਾਲੇ ਆਏ ਮੈਂ ਉਹ ਸੁੱਟੀ ਉਹਨਾਂ ਨੂੰ ਮਿਕਸ ਕੀਤਾ ਚੰਗੀ ਤਰ੍ਹਾਂ ਤੇ ਮੈਂ ਥੋੜੇ ਜਿਹਾ ਫਰਾਈ ਕਰ ਲੇ ਮੈਂ ਕਿ ਯਾਰ ਜਾਨ ਛੜਾਉ ਇੱਕ ਤੇ ਜਦੋਂ ਈਦ ਦੇ ਦਿਨ ਕੋਲ ਹੁੰਦੇ ਆ ਜਾਂ ਕੁਛ ਐ ਉਹ ਜਾਈਵੰਡ ਹੁੰਦਾ ਤੁਸੀਂ ਉਂਜੀ ਬਹੁਤ ਜ਼ਿਆਦਾ ਲੋ ਫੀਲ ਕਰਦੇ ਹੋ ਮਤਲਬ ਅੱਛਾ ਫੀਲ ਨਹੀਂ ਕਰ ਰਹੇ ਹੁੰਦੇ ਤੁਹਾਨੂੰ ਆਪਣੇ ਮਾਂ ਪਿਓ ਭੈਣ ਭਰਾ ਤੁਹਾਨੂੰ ਆਪਣੇ ਕਜ਼ਨ ਸਾਰੇ ਯਾਦ ਆ ਰਹੇ ਹੁੰਦੇ ਨੇ ਉਸ ਤੋਂ ਬਾਅਦ ਜਿਹੜਾ ਮਤਲਬ ਤੁਹਾਨੂੰ ਜਦੋਂ ਕੰ ਦੱਸਦੇ ਆ ਛੱਡੋ ਪਰੇ ਸਾਰਾ ਕੁਝ ਚੱਲੋ ਘਰ ਵਾਪਸ ਲੇਕਿਨ ਇਟਸ ਨਾਟ ਪੋਸੀਬਲ ਜ਼ਾਹਿਰ ਸੀ ਬਾਤ ਹੈ ਡਿਸੀਜਨ ਤੁਸੀਂ ਆਪੇ ਲਏ ਹੁੰਦੇ ਆ ਗ੍ਰੋਸਰੀ ਮੇਰੀ ਅੱਛੀ ਖਾਸੀ ਸੀ ਮਤਲਬ ਵੀ ਫੀ ਫਾਰ ਚੀਜ਼ ਮੈਂ ਬਣਾ ਕੇ ਰਾਤੀ ਸਫਾਈ ਮੈਂ ਕਰ ਦੀ ਕਰ ਲਈ ਸੀ ਪਿੱਛੇ ਜਰਾ ਥੋੜਾ ਗੰਦ ਪਿਆ ਉਹਨੂੰ ਇਗਨੋਰ ਕਰੋ ਹਾਲੀ ਮੈਂ ਥੋੜਾ ਜਿਹਾ ਹੋਰ ਕੰਮ ਵੀ ਕਰਨਾ ਹੈ ਉਸ ਤੋਂ ਬਾਅਦ ਕਿਉਂਕਿ ਮੈਂ ਹਾਲੀ ਨਵੀਂ ਜਗ੍ਹਾ ਤੇ ਸ਼ਿਫਟ ਹੋਈ ਆ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਤੇ ਇਸ ਕਰਕੇ ਮੈਂ ਰਾ ਹਾਲੀ ਘਰ ਥੋੜਾ ਮੈਸੀ ਹੋਇਆ ਇਕੱਲੇ ਰਹਿਣਾ ਵੀ ਨਹੀਂ ਸੁਖਾ ਯਾਰ ਤੇ ਇਹ ਕਬਾਬ ਥੋੜੇ ਵਿੰਗੇ ਚਿਬੇ ਜੰਝ ਜਿਹੀ ਬਨੇ ਆ ਟੇਸ ਚੰਗਾ ਸੀ ਰੋਟੀ ਮੈਂ ਖਾ ਲਈ ਸੀ ਇਥੇ ਮੈਂ ਕਹਿੰਨੀ ਆ ਕੱਚੀ ਵੀ ਪੱਕੀ ਹੋ ਤੇ ਬੰਦਾ ਖਾ ਲਿੰਦਾ ਉਸ ਤੋਂ ਬਾਅਦ ਅਸੀਂ ਇਹ ਆ ਕੇ ਬਹਿ ਗਏ ਜੀ ਅਸੀਂ ਕਿਆ ਚਲੋ ਜੀ ਹੁਣ ਚਾਂਦ ਰਾਤ ਤੇ ਥੋੜੀ ਚਾਂਦ ਰਾਤ ਲਗਣੀ ਵੀ ਚਾਹੀਦੀ ਥੋੜੀ ਮਹਿੰਦੀ ਸ਼ਿੰਦੀ ਲਾਈਏ ਪਾਕਿਸਤਾਨੀ ਯਾਰ ਕਸਨਾ ਦੇ ਲਾਈਦੀ ਸੀ ਪਹਿਣਾ ਦੇ ਲਾਈਦੀ ਸੀ ਦੋਸਤਾਂ ਦੇ ਲਾਈਦੀ ਸੀ ਸਾਰੇ ਲੜਾਈ ਈਸ਼ਰਾਈ ਹੁੰਦੀ ਸੀ ਰਾਤ ਨੂੰ ਕਿ ਮੇਰੇ ਹੱਥ ਲਾ ਦੋ ਮੇਰੇ ਹੱਥੇ ਲਾ ਦੋ ਤੇ ਉਸ ਤੋਂ ਬਾਅਦ ਨਹੀਂ ਭੱਲੇ ਮੈਨੂੰ ਬਰੇ ਯਾਦ ਆਏ ਉਹ ਅਸੀਂ ਬਰੇ ਬਣਾਇਆ ਕਰਦੇ ਸੀ ਇਹ ਸਾਡੀ ਅੱਜ ਦੀ ਵੀਡੀਓ ਸੀ ਜੇ ਕਿਸੇ ਸੰਤਾ ਆਈ ਹੋਏ ਤੇ ਸਬਸਕ੍ਰਾਈਬ ਕਰ ਲਓ ਜੇ ਨਹੀਂ ਆਈ ਹੋਈ ਤੇ ਅਗਲੀ ਆ ਜਾਏਗੀ ਫੇਰ ਮਿਲਾਂਗੇ